वेलकम टू दिस एपिशोड ऑफ द हरप्रीत सिंह शो हमेशा ही सा कोशिश होंगी थो एजुकेट करने की इन्फॉर्म करने की ताकि इंपार हो सको ਉਸੀ ਦੇ ਫਲਸਰੂਪ ਅਸੀਂ ਇੱਕ ਨਵੀਂ ਸੀਰੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਵਿੱਚ ਕੇ ਸਾਡਾ ਸਹਿਯੋਗ ਦੇਣਗੇ ਮੂਡ ਡਿਸਆਰਡਰਸ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਇਹ ਸੰਸਥਾ ਜੋ ਹੈ ਇਸ ਦੇ ਡਾਕਟਰ ਵਿੱਚ ਡਾਕਟਰ ਰਾਜਪਾਲ ਸਿੰਘ ਇੱਕ ਸਾਈਕੋਲੋਜਿਸਟ ਹਨ ਕੰਮ ਕਰਦੇ ਨੇ ਤੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਆਓ ਤੇ ਇੱਥੇ ਆ ਕੇ ਅਸੀਂ ਗੱਲਬਾਤ ਕਰੀਏ ਮਾਨਸਿਕ ਸਿਹਤ ਦੀ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਦਿਮਾਗੀ ਬਿਮਾਰੀਆਂ ਜਿਵੇਂ ਕਿ ਬਾਕੀ ਬਿਮਾਰੀਆਂ ਸਾਊਥ ਏਸ਼ੀਅਨ ਪਾਈਜਰ ਵਿੱਚ ਬਹੁਤ ਵੱਧੀਆਂ ਜਾ ਰਹੀਆਂ ਨੇ ਇਸੇ ਤਰੀਕੇ ਨਾਲ ਆંકੜੇ ਸਾਨੂੰ ਚਿੰਤਾ ਲਈ ਮਜਬੂਰ ਕਰਦੇ ਨੇ ਕਿ ਇਸ ਪਾਸੇ ਡਾਕਟਰ ਰਾਜਪਾਲ ਸਿੰਘ ਇੱਕ ਨਾਰਮਲ ਸਾਈਕੋਲੋਜਿਸਟ ਹਨ ਅਤੇ ਬੜੇ ਲੰਮੇ ਸਮੇਂ ਤੋਂ ਬਹੁਤ ਸਾਰੇ ਗਰੁੱਪਸ ਵੀ ਚਲਾਉਂਦੇ ਨੇ। ਇਹ ਸਾਡੇ ਨਾਲ ਸਾਂਝ ਪਾਇਆ ਕਰਨਗੇ ਹਰ ਹਫ਼ਤੇ ਕਿ ਕਿਸ ਤਰੀਕੇ ਨਾਲ ਅਸੀਂ ਇਸ ਸਮੱਸਿਆ ਨਾਲ ਜਿੱਤ ਸਕਨੇ ਆ। ਸੋ ਅੱਜ ਅਸੀਂ ਸ਼ੁਰੂਆਤ ਕਰਾਂਗੇ ਕਿ ਮਾਨਸਿਕ ਸਿਹਤ ਕੀ ਹੁੰਦੀ ਹੈ, ਕਿਉਂ ਜ਼ਰੂਰਤ ਹੈ ਇਸ ਦੇ ਪ੍ਰਤੀ ਧਿਆਨ ਦੇਣ ਦੀ ਤੇ ਕੀ ਕੁਝ ਕੀਤਾ ਜਾ ਸਕਦਾ ਹੈ। ਆਪ ਸਵਾਗਤ ਕਰਦੇ ਹਾਂ ਡਾਕਟਰ ਰਾਜਪਾਲ ਸਿੰਘ ਦਾ। ਜੈਨ ਡਾਕਟਰਸ ਵੈਲਕਮ ਟੂ ਦਾ। ਥੈਂਕ ਯੂ ਜੀ ਤੁਹਾਨੂੰ ਇਨਵਾਈਟ ਕਰਨ ਦਾ ਤੇ ਸਾਨੂੰ ਟਾਈਮ ਦੇਣ ਦਾ। ਜੀ ਜੈਨ ਜੀ। ਤੇ ਮੂਡ ਡਿਸਆਰਡਰ ਐਸੋਸੀਏਸ਼ਨ ਬ੍ਰਿਟਸ ਕੋਲੰਬੀਆ ਜਿਹੜੀ ਹੈਗੀ ਆ ਉਹਨਾਂ ਮੈਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਤੇ ਸਾਡੀ ਐਸੋਸੀਏਸ਼ਨ ਦਾ ਮਕਸਦ ਹੈਗਾ ਕਿ ਅਸੀਂ ਲੋਕਾਂ ਨੂੰ ਐਜੂਕੇਟ ਕਰੀਏ ਦਿਮਾਗੀ ਸਿਹਤ ਬਾਰੇ। ਰਾਈਟ ਲੋਕੀ ਜਾਣੂ ਹੋਣ ਕਿ ਦਿਮਾਗੀ ਸਿਹਤ ਕੀ ਆ, ਕਿਦਾਂ ਠੀਕ ਰੱਖ ਸਕਦੇ ਆ, ਬਿਮਾਰੀਆਂ ਕਿਹੜੀਆਂ ਨੇ, ਕਿਦਾਂ ਛੇਤੀ ਪਛਾਣ ਸਕਦੇ ਆ ਤੇ ਛੇਤੀ ਉਹਨਾਂ ਦਾ ਇਲਾਜ ਕੀਤਾ ਜਾ ਜਾ ਸਕਦਾ ਹੈਗਾ। ਤੇ ਇਹ ਅਸੀਂ ਉਪਰਾਲਾ ਸਾਰੇ BC ਚ ਕਰ ਰਹੇ ਹੈਗੇ ਆ। ਜੀ ਤੇ ਇਹਦੇ ਵਿੱਚ ਅਸੀਂ ਇਹ ਵੀ ਕੀਤਾ ਹੈ ਕਿ ਟੀਵੀ ਦੇ ਪ੍ਰੋਗਰਾਮ ਤੋਂ ਬਾਅਦ ਵੀ ਇਹ ਜਿਹੜੇ ਸਾਡੀਆਂ ਡਿਸਕਸ਼ਨਸ ਹੋਣਗੀਆਂ ਜਿੰਨੀਆਂ ਵੀ ਹੋਣਗੀਆਂ ਇਹ ਅਸੀਂ ਮੂਡ ਡਿਸਆਰਡਰ ਅਸੋਸੀਏਸ਼ਨ ਦੀ ਵੈਬਸਾਈਟ ਤੇ ਪਾਵਾਂਗੇ ਤੁਸੀਂ ਕਿਸੇ ਵੇਲੇ ਵੀ ਉੱਥੋਂ ਡਾਊਨਲੋਡ ਕਰ ਸਕਦੇ ਜੇ ਉੱਥੇ ਵੇਖ ਸਕਦੇ ਹੈਗੇ ਜੇ ਤੇ ਦੂਸਰਾ ਹੈਗਾ ਕਿ ਮੈਂ ਆਪਣਾ ਕੰਟੈਕਟ ਨੰਬਰ ਮੇਰਾ ਸੈੱਲ ਨੰਬਰ ਲੋਕਾਂ ਕੋਲ ਹੋਊਗਾ ਤਾਂ ਕਿ ਉਹ ਸੈਚਰਡੇ 2 ਘੰਟੇ ਵਾਸਤੇ ਮੈਂ ਫਰੀ ਬਿਲਕੁਲ ਅਵੇਲੇਬਲ ਹੋਊਗਾ ਵੰਡਰਫੁਲ ਕੋਈ ਵੀ ਤੁਸੀਂ ਬੀਸੀ ਦਾ ਕੋਈ ਵੀ ਹੈਗਾ ਮੈਨੂੰ ਫੋਨ ਕਰ ਸਕਦਾ ਹੈਗਾ ਇਹ ਪ੍ਰੋਗਰਾਮ ਕਿਉਂਕਿ ਬਾਹਰ ਜਾ ਰਿਹਾ ਹੈਗਾ ਬੀਸੀ ਤੋਂ ਤੇ ਉਹਨਾਂ ਲੋਕਾਂ ਵਾਸਤੇ ਵੀ ਮੈਂ ਅਵੇਲੇਬਲ ਹੋਊਗਾ ਬਹੁਤ ਖੂਬ ਜੀ ਕੋਈ ਵੀ ਸਵਾਲ ਹੋਊਗਾ ਇਹ ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਕਿਉਂਕਿ ਡਾਕਟਰ ਸਾਹਿਬ ਹੁੰਦਾ ਕਿ ਇਹ ਸਾਡੇ ਕੋਲ ਇੱਥੇ ਆਂਦੇ ਨੇ ਵਿਸ਼ੇਸ਼ ਜਨਕ ਆ ਕੇ ਗੱਲਬਾਤ ਕਰਦੇ ਨੇ ਪਰ ਬਾਅਦ ਦੇ ਵਿੱਚ ਜਦੋਂ ਇੰਡੀਵਿਜੂਅਲ ਲੋਕਾਂ ਨੇ ਗੱਲਬਾਤ ਕਰਨੀ ਹੁੰਦੀ ਤੇ ਕਈ ਵਾਰੀ ਸਮੱਸਿਆ ਆਉਂਦੀ ਹੈ ਸੋ ਧੰਨਵਾਦ ਜੀ ਤੁਹਾਡੇ ਕਿ ਤੁਸੀਂ ਆਪਣਾ ਪਰਸਨਲ ਟਾਈਮ ਕੱਢ ਕੇ ਹਰ ਸੈਟਰਡੇ ਨੂੰ ਜਿਸ ਤਰ੍ਹਾਂ ਤੁਸੀਂ ਕਿ ਹੋਗੇ ਲੋਕਾਂ ਦੇ ਕੁਐਸਚਨਸ ਵਾਸਤੇ ਤਾਂ ਕਿ ਉਹਨਾਂ ਨੂੰ ਸਹੀ ਰਾਏ ਦਿੱਤੀ ਜਾ ਸਕੇ। ਹਾਂਜੀ ਤੇ ਦੂਸਰਾ ਅਸੀਂ ਇਹ ਵੀ ਚਾਹੁੰਦੇ ਆ ਕਿ ਲੋਕੀ ਸਾਨੂੰ ਈਮੇਲ ਕਰਨ ਸਾਡਾ ਈਮੇਲ ਐਡਰੈਸ ਜਿਹੜਾ ਸਕਰੀਨ ਤੇ ਹੋਏਗਾ। ਜੀ ਸਾਨੂੰ ਫੋਨ ਕਰਨ ਸਾਨੂੰ ਇਹ ਵੀ ਦੱਸਣ ਕਿ ਅਸੀਂ ਉਹ ਕੀ ਕਵਰ ਕਰਨਾ ਚਾਹੁੰਦੇ ਆ। ਸਾਡੀ ਕੋਸ਼ਿਸ਼ ਹੈਗੀ ਆ ਬੀਸੀ ਪਾਰਟਨਰਸ ਦੀ ਕੋਸ਼ਿਸ਼ ਇਹ ਹੈਗੀ ਆ ਕਿ ਅਸੀਂ ਲੋਕਾਂ ਨੂੰ ਐਜੂਕੇਟ ਕਰੀਏ ਲੋਕਾਂ ਨੂੰ ਅਸੀਂ ਦੱਸੀਏ ਕਿ ਕਿਦਾਂ ਤੁਸੀਂ ਪਛਾਣ ਕਰਨੀਆਂ ਤਾਂ ਕਿ ਸਹੀ ਇਲਾਜ ਹੋ ਜਾਏ। ਬਹੁਤ ਖੂਬ ਜੀ। ਸੋ ਆਓ ਸ਼ੁਰੂਆਤ ਅੱਜ ਕਰਦੇ ਆਂ ਜਦੋਂ ਅਸੀਂ ਮਾਨਸਿਕ ਸਿਹਤ ਦੀ ਗੱਲ ਕਰਦੇ ਆਂ। ਆਮ ਤੌਰ ਦੇ ਉੱਤੇ ਜਦੋਂ ਬਿਮਾਰੀ ਸਰੀਰ ਨੂੰ ਲੱਗ ਜਾਂਦੀ ਤੇ ਸਾਊਥ ਏਸ਼ੀਅਨ ਭਾਈਚਾਰੇ ਦੀ ਗੱਲ ਹੁੰਦੀ ਏ ਤਾਂ ਉਹ ਹੋਵੇ ਭਾਵੇਂ ਤੁਹਾਡੇ ਕੋਲੇ ਕੋਲੇਸਟੇਰੋਲ ਲੈਵਲ ਦੀ ਗੱਲ ਹੋਵੇ ਜਾਂ ਹਾਰਟ ਅਟੈਕਸ ਦੀ ਜਾਂ ਸ਼ੂਗਰ ਦੀ ਉਸ ਵਿੱਚ ਅਸੀਂ ਕਾਫੀ ਉੱਤੇ ਹੈਗੇ ਆ ਐਸ ਕੰਪੇਅਰ ਟੂ ਬਾਕੀ ਕੰਮ ਦੀ ਹੁਣ ਮਾਨਸਿਕ ਸਿਹਤ ਨੂੰ ਜਦੋਂ ਅਸੀਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਅੱਜ ਜਾਨਣਾ ਚਾਹਾਂਗਾ ਤੁਹਾਡੇ ਕੋਲ ਕਿ ਮਾਨਸਿਕ ਸਿਹਤ ਨੂੰ ਡਿਫਾਈਨ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਇਸ ਦੇ ਬਾਰੇ ਕੋਈ ਕੀ ਕੋਈ ਪੈਮਾਨਾ ਹੈਗਾ ਕਿਸ ਤਰ੍ਹਾਂ ਪਤਾ ਲੱਗੇ ਸੋ ਕਿਉਂਕਿ ਤੁਸੀਂ ਇਸ ਵਿੱਚ ਐਕਸਪਰਟ ਹੈਗੇ ਹੋ ਸਾਨੂੰ ਅੱਜ ਪਹਿਲਾਂ ਇਹ ਦੱਸੋ ਕਿ ਮਾਨਸਿਕ ਸਿਹ ਆ ਮਾਨਸਿਕ ਸਿਹਤ ਜਿਹੜੀ ਸਾਡੀ ਆ ਜ਼ਿੰਦਗੀ ਦੇ ਵਿੱਚ ਜਿਹੜੀ ਸਾਡੀ ਸਮਰੱਥਾ ਹੈਗੀ ਆ ਸੋਚਣ ਪਰਖਣ ਦੀ ਮਹਿਸੂਸ ਕਰਨ ਦੀ ਤੇ ਕਾਰਵਿਹਾਰ ਕਰਨ ਦੀ ਇਹ ਜਿਹੜਾ ਸਾਡੀ ਥਿੰਕਿੰਗ ਦੀ ਫੀਲਿੰਗ ਦੀ ਤੇ ਬਿਹੇਵੀਅਰ ਦੀ ਇਹ ਜਿਹੜੀ ਸਾਡੀ ਸਮਰੱਥਾ ਹੈਗੀ ਆ ਇਹ ਸਾਡੀ ਕਿੰਨੀ ਕਿ ਹੈਗੀ ਆ ਕਿ ਤਾਂ ਕਿ ਜ਼ਿੰਦਗੀ ਨੂੰ ਅਸੀਂ ਮਾਣੀਏ ਇੱਕ ਤਾਂ ਜ਼ਿੰਦਗੀ ਨੂੰ ਇੰਜੋਏ ਕਰ ਸਕੀਏ ਰਾਈਟ ਤੇ ਦੂਸਰਾ ਹੈਗਾ ਕਿ ਜ਼ਿੰਦਗੀ ਵਿੱਚ ਜਿਹੜੀਆਂ ਆਮ ਜਾਂ ਵਿਸ਼ੇਸ਼ ਆਉਣ ਵਾਲੀਆਂ ਜਿਹੜੇ ਮੁਸ਼ਕਲਾਂ ਹੈਗੀਆਂ ਚੈਲੰਜਸ ਹੈਗੇ ਆ ਵੰਗਾਰਾ ਹੈਗੀਆਂ ਜਾਂ ਜਾਂ ਕੋਈ ਹੋਰ ਪ੍ਰੋਬਲਮਸ ਆ ਜਾਂਦੀ ਹੈਗੀਆਂ ਉਹਨਾਂ ਨੂੰ ਆਪਾਂ ਕਿੱਦਾਂ ਨਜਿੱਠ ਸਕਦੇ ਹੈਗੇ ਓਕੇ ਤੇ ਇਹ ਵੀ ਸਾਡੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਜੇ ਅਸੀਂ ਮਾਨਸਿਕ ਤੌਰ ਤੇ ਸਿਹਤਮੰਦ ਹੈਗੇ ਆ ਕਿ ਅਸੀਂ ਵੇਖ ਸਕੀਏ ਕਿਹੜੇ ਹਾਲਾਤਾਂ ਨੂੰ ਅਸੀਂ ਬਦਲ ਸਕਦੇ ਆ ਕੋਈ ਹਾਲਾਤ ਹੈਗੇ ਨੇ ਉਹ ਹੋ ਸਕਦਾ ਨਾ ਬਦਲ ਸਕੀਏ ਪਰ ਉਹਨਾਂ ਨਾਲ ਫਿਰ ਅਸੀਂ ਕਿੱਦਾਂ ਰਹਿਣਾ ਹੈਗਾ ਉਹਨਾਂ ਨਾਲ ਕਿੱਦਾਂ ਨਿਭਾਅ ਕਰਨਾ ਹੈਗਾ ਇਹ ਇੰਪੋਰਟੈਂਟ ਹੈਗਾ ਤੇ ਦੂਸਰਾ ਹੈਗਾ ਕਿ ਜਿੱਦੋਂ ਵੀ ਸਾਡੀ ਜ਼ਿੰਦਗੀ 'ਚ ਮੁਸ਼ਕਲਾਂ ਆਉਂਦੀਆਂ ਨੇ ਸਮੱਸਿਆਵਾਂ ਆਉਂਦੀਆਂ ਨੇ ਜਿੰਦੇ ਜੀ ਉਹਨਾਂ ਨੂੰ ਜਦੋਂ ਅਸੀਂ ਨਰਜਿਸਟ ਦੇ ਆ ਉਹਨਾਂ ਨੂੰ ਅਸੀਂ ਡੀਲ ਕਰਦੇ ਹੈਗੇ ਆ ਜੀ ਸਾਡਾ ਸਹਿਮਾਨ ਬਣਿਆ ਰਹੇ ਸਾਡੇ 'ਚ ਆਤਮ ਆਤਮ ਸਨਮਾਨ ਹੋਵੇ ਸੋ ਇਹਨਾਂ ਇਹਦੀ ਸਮਰੱਥਾ ਹੈਗੀ ਆ ਉਹਨੂੰ ਅਸੀਂ ਮਾਨਸਿਕ ਸਿਹਤ ਕੰਨੇ ਹੈਗੇ ਓਕੇ ਸੋ ਮਾਨਸਿਕ ਸਿਹਤ ਨੂੰ ਜਿਵੇਂ ਤੁਸੀਂ ਡਿਫਾਈਨ ਕੀਤਾ ਡਾਕਟਰ ਸਾਹਿਬ ਤੁਸੀਂ ਡੀਲ ਕਰਦੇ ਹੋ ਬੜੇ ਲੰਮੇ ਸਮੇਂ ਤੋਂ ਜਿਹੜੇ ਤੁਸੀਂ ਗਰੁੱਪਸ ਵਗੈਰਾ ਚਲਾਉਂਦੇ ਹੈਗੇ ਉਹ ਕੀ ਇਹ ਇੱਕ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਸਾਡੇ ਸਮਾਜ ਦੇ ਵਿੱਚ ਕਿ ਇਹ ਮਾਨਸਿਕ ਸਿਹਤ ਬਾਰੇ ਪ੍ਰਤੀ ਸਾਨੂੰ ਸਹਿਰ ਧੁੰਦੀ ਲੋੜ ਹੈਗੀ ਹਾਂਜੀ ਇਹ ਚਿੰਤਾ ਦਾ ਵਿਸ਼ਾ ਕਰਕੇ ਹੀ ਇੱਥੇ ਆਏ ਹੈਗੇ ਨਾਲੇ ਤੁਸੀਂ ਇਸ ਕਰਕੇ ਸਾਨੂੰ ਸੱਦਿਆ ਹੈਗਾ ਕਿਉਂਕਿ ਇਹ ਨਹੀਂ ਆਪਾਂ ਕੈਸਾ ਕੈਸਾ ਡੰਕੜੇ ਨਹੀਂ ਦੱਸਦੇ ਹੈਗੇ ਕਿ ਸਾਡੇ ਵਿੱਚ ਇਹ ਮਿਲਨੈਸ ਜਿਆਦਾ ਹੈਗੀਆਂ ਨੇ ਹਾਂ ਕੁਸ਼ ਹੈਗੀ ਆ ਨਾ ਉਹਦੇ ਬਾਰੇ ਮੈਂ ਫਿਰ ਜ਼ਿਕਰ ਕਰਦਾ ਕਿ ਕਿਹਦੇ ਵਿੱਚ ਸਾਨੂੰ ਮੁਸ਼ਕਲ ਹੈਗੀ ਆ ਥੋੜੀ ਜਿਹਾ ਜ਼ਿਆਦਾ ਐਡਿਕਸ਼ਨ ਵਿੱਚ ਸਾਨੂੰ ਹੈਗੀ ਆ ਜੀ ਖਾਸ ਕਰ ਸ਼ਰਾਬ ਦੀ ਜੀ ਪਰ ਜਿਹੜਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ ਤੇ ਇਹਦਾ ਫਿਰ ਇਲਾਜ ਕਰਉਣਾ ਬਹੁਤ ਜ਼ਰੂਰੀ ਹੈਗਾ ਸਾਡੀ ਕਮਿਊਨਿਟੀ ਦੀ ਜਿਹੜੀ ਸਮੱਸਿਆ ਆ ਰਹੀ ਹੈਗੀ ਆ ਕਿ ਲੋਕ ਬਾਕੀਆਂ ਕਮਿਊਨਿਟੀਾਂ ਚ ਵੀ ਥੋੜੇ ਲੋਕ ਇਲਾਜ ਕਰਾਉਂਦੇ ਸਾਰੇ ਨਹੀਂ ਕਰਾਉਂਦੇ ਸਾਡੀ ਕਮਿਊਨਿਟੀ ਚ ਜ਼ਿਆਦਾ ਲੋਕ ਇਲਾਜ ਨਹੀਂ ਕਰਾਉਂਦੇ ਓਕੇ ਜਿਹੜਾ ਇਲਾਜ ਵਾਲ ਜਾਂਦੇ ਨਹੀਂ ਹੈਗੇ ਤੇ ਦੂਸਰਾਂ ਕੋਲ ਉਹਨਾਂ ਨੂੰ ਪਛਾਣ ਨਹੀਂ ਆਉਂਦੀ ਹੈਗੀ ਠੀਕ ਮਸ਼ਹੂਰ ਹੈ ਇਸ ਕਰਕੇ ਨਹੀਂ ਹੁੰਦੀ ਹੈਗੀ ਕਿ ਸਿਹਤ ਨੂੰ ਇੱਕ ਬ੍ਰਾਡਰ ਵੇਅ ਨਾਲ ਨਹੀਂ ਦੇਖਦੇ ਹੈਗੇ ਜਦੋਂ ਸਿਹਤ ਦੀ ਗੱਲ ਕਰਦੇ ਆ ਉਹ ਫਿਜ਼ੀਕਲ ਸਿਹਤ ਦੀ ਸਰੀਰਕ ਸਿਹਤ ਦੀ ਗੱਲ ਤੇ ਰਹਿ ਜਾਂਦੇ ਹੈਗੇ ਸਿਹਤ ਵਿੱਚ ਐਕਚੁਅਲੀ ਸਰੀਰਕ ਸਿਹਤ ਹੁੰਦੀ ਆ ਮਾਨਸਿਕ ਸਿਹਤ ਹੁੰਦੀ ਆ ਆਤਮਿਕ ਸਿਹਤ ਹੁੰਦੀ ਆ ਤਿੰਨੇ ਸਿਹਤਾਂ ਦਾ ਹੋਣਾ ਜ਼ਰੂਰੀ ਹੈਗਾ ਸਿਹਤਮੰਦ ਹੋਣ ਵਾਸਤੇ ਰਾਈਟ ਔਰ ਤਿੰਨੇ ਇੱਕ ਦੂਜੇ ਨਾਲ ਨਿਰਭਰ ਕਰਦੀਆਂ ਨੇ ਬਿਲਕੁਲ ਇਹਦਾ ਮੈਂ ਜਿਕਰ ਇਸ ਕਰਕੇ ਵੀ ਕਰਨਾ ਚਾਹੁੰਦਾ ਕਿ ਜੇ ਸਾਡੀ ਸਰੀਰਕ ਸਿਹਤ ਠੀਕ ਨਹੀਂ ਹੈਗੀ ਤੇ ਸਾਡੀ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ ਜੇ ਸਾਡੀ ਰੂਹਾਨੀ ਸਿਹਤ ਠੀਕ ਨਹੀਂ ਹੈਗੀ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ ਜੀ ਇੱਕ ਤੇ ਹੈਗਾ ਦੂਸਰਾ ਇਹ ਵੀ ਹੈਗਾ ਕਿ ਜੇ ਅਸੀਂ ਸਰੀਰਕ ਸਿਹਤ ਠੀਕ ਕਰੀਏ ਹਮਮ ਫਰਜ਼ ਕਰੋ ਅਸੀਂ ਐਕਸਰਸਾਈਜ਼ ਕਰਦੇ ਹੈਗੇ ਆਂ ਤੇ ਇਹਦੇ ਨਾਲ ਕਈ ਮਾਨਸਿਕ ਬਿਮਾਰੀਆਂ ਦੂਰ ਹੋ ਜਾਂਦੀਆਂ ਜਿਦਾਂ ਫਰਜ਼ ਕਰੋ ਡਿਪਰੈਸ਼ਨ ਹੈਗਾ ਐਕਸਰਸਾਈਜ਼ ਨਾਲ ਦੂਰ ਹੋ ਜਾਂਦਾ ਹੈ ਹਮਮ ਦੂਸਰੇ ਪਾਸੇ ਜੇ ਆਪਾਂ ਮਾਨਸਿਕ ਸਿਹਤ ਠੀਕ ਕਰਦੇ ਹੈਗੇ ਆ ਤੇ ਕਈ ਸਰੀਰਕ ਬਿਮਾਰੀਆਂ ਜਿਹੜੀਆਂ ਨੇ ਉਹ ਠੀਕ ਹੋ ਜਾਂਦੇ ਆ ਤੇ ਇੰਪਰੂਵ ਹੋ ਜਾਂਦੇ ਆ ਅਸੀਂ ਓਕੇ ਫਰਜ ਕਰੋ ਕਿ ਅਸੀਂ ਮਾਨਸਿਕ ਸਿਹਤ ਆਪਣੀ ਠੀਕ ਕਰਦੇ ਆ ਬੈਟਰ ਕਰਦੇ ਹੈਗੇ ਆ ਅਸੀਂ ਸਟ्रेस ਨੂੰ ਸਮਝਦੇ ਆ ਤਣਾਅ ਨੂੰ ਸਮਝਦੇ ਆ ਉਹਨੂੰ ਫਿਰ ਡੀਲ ਕਰਦੇ ਆ ਉਹਨੂੰ ਅੰਡਰਸਟੈਂਡ ਕਰਦੇ ਆ ਕਿਦਾਂ ਬੈਟਰ ਹੈਂਡਲ ਕਰਨਾ ਕਿਦਾਂ ਰਿਲੈਕਸਡ ਰਹਿਣਾ ਹੈਗਾ ਜਦੋਂ ਆਪਾਂ ਇਹ ਕਰਦੇ ਆ ਸਾਡੀ ਮਾਨਸਿਕ ਸਿਹਤ ਬਹੁਤ ਵਾਧੀ ਹੈਗੀ ਆ ਓਕੇ ਬਿਮਾਰੀਆਂ ਲੱਗਣ ਦਾ ਚਾਂਸ ਬਹੁਤ ਘਟ ਜਾਂਦੇ ਆ ਦੂਸਰੇ ਪਾਸੇ ਜਿਹੜੀਆਂ ਸਾਡੀਆਂ ਸਰੀਰਕ ਬਿਮਾਰੀਆਂ ਹੈਗੀਆਂ ਨੇ ਜਿਦਾਂ ਹਾਰਟ ਦੀ ਹੋਗੀ ਬਲੱਡ ਪ੍ਰੈਸ਼ਰ ਕਾਰਡੀਓ ਵਾਸਕੂਲਰ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਚ ਇੰਪਰੂਵਮੈਂ राइट ਉਹਨਾਂ ਚ ਫਾਇਦਾ ਹੁੰਦਾ ਸਰ ਹੂੰ ਹੂੰ ਸੋ ਹੁਣ ਗੱਲ ਆਂਦੀ ਜਿਸ ਤਰ੍ਹਾਂ ਤੁਸੀਂ ਤਿੰਨੋ ਚੀਜ਼ਾਂ ਨੂੰ ਕੰਪਲੀਮੈਂਟਰੀ ਕਿਹਾ ਹੈਗਾ ਮਾਨਸਿਕ ਸਿਹਤ ਰੋਹਾਨੀਅਤ ਸਿਹਤ ਤੇ ਸਰੀਰਕ ਸਿਹਤ ਮਾਨਸਿਕ ਸਿਹਤ ਤੇ ਉਹਤੇ ਕਿਉਂਕਿ ਅੱਜ ਅਸੀਂ ਫੋਕਸ ਕਰ ਰਹੇ ਆ ਹੁਣ ਕਿਵੇਂ ਪਤਾ ਚੱਲੇ ਕਿ ਮਾਨਸਿਕ ਸਿਹਤ ਕਿਸੇ ਦੀ ਠੀਕ ਹੈ ਜਾਂ ਨਹੀਂ ਕੀ ਉਹਦੀ ਇੰਡੀਕੇਸ਼ਨਸ ਹੈਗੀਆਂ ਨੇ ਜੀ ਹਾਂਜੀ ਇਹ ਬੜਾ ਅੱਛਾ ਹੈ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈਗਾ ਆ ਮਾਨਸਿਕ ਸਿਹਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਰੋਗ ਦਾ ਨਾ ਹੋਣਾ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਸ ਬੰਦੇ ਨੂੰ ਕੋਈ ਮਾਨਸਿਕ ਰੋਗ ਹੈ ਨਹੀਂ ਇਸ ਕਰਕੇ ਮਾਨਸਿਕ ਤੌਰ ਤੇ ਸਿਹਤਮੰਦ ਹੈਗਾ ਜੀ ਇਸੇ ਤਰ੍ਹਾਂ ਜਿੱਦਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਬੰਦੇ ਨੂੰ ਕੋਈ ਸਰੀਰਕ ਰੋਗ ਨਹੀਂ ਹੈਗਾ ਇਹਦਾ ਮਤਲਬ ਇਹਦੀ ਸਰੀਰਕ ਸਿਹਤ ਠੀਕ ਹੈ ਰਾਈਟ ਕਈ ਵਾਰੀ ਇਹ ਸਿਚੁਏਸ਼ਨ ਵੀ ਡਾਕਟਰ ਕਹਿੰਨੇ ਕਿ ਨਹੀਂ ਤੇਰੀ ਸਰੀਰਕ ਸਿਹਤ ਠੀਕ ਨਹੀਂ ਹੈਗੀ ਤੇਰੀ ਏਜ ਮੁਤਾਬਕ ਤੇਰੇ ਰਹਿਣ ਸਹਿਣ ਮੁਤਾਬਕ ਕੰਮ ਮੁਤਾਬਕ ਤੇਰੇ ਚ ਨਾਫ ਤਾਕਤ ਨਹੀਂ ਹੈਗੀ ਰਾਈਟ ਤੂੰ ਖਿਆਲ ਕਰ ਆਪਣੀ ਸਿਹਤ ਦਾ ਇਸੇ ਤਰ੍ਹਾਂ ਮਾਨਸਿਕ ਸਿਹਤ ਦੇ ਵਿੱਚ ਵੀ ਇਦਾਂ ਹੈਗਾ ਕਿ ਰੋਗ ਦਾ ਨਾਂ ਹੋਣਾ ਮਾਨਸਿਕ ਸਿਹਤ ਨਹੀਂ ਆ ਗਈ ਮਾਨਸਿਕ ਸਿਹਤ ਦਾ ਹੈ ਨਾ ਕਿ ਸੈਂਸ ਆਫ ਕੰਟੈਂਟਮੈਂਟ ਹੋਵੇ ਲਾਈਫ ਬੈਲੈਂਸ ਹੋਵੇ ਸਟ्रेस ਨੂੰ ਹੈਂਡਲ ਕਰਨ ਦੇ ਸਕਿਲਸ ਆਉਂਦੇ ਹੋਣ ਆਪਣੇ ਜਿਹੜੇ emotions ਨੇ ਉਹਨਾਂ ਨੂੰ ਅਸੀਂ इमोਸ਼ਨਲੀ ਵੀ ਮਚੂਰ ਹੋ ਸੀ রাইਟ ਓਕੇ ਐਂਡ ਇਹ ਜਿਹੜੇ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਸਾਨੂੰ ਉਹ ਸਕਿਲਸ ਜਦੋਂ ਪਤਾ ਚੱਲ ਜਾਣਗੇ ਤਾਂ ਅਸੀਂ ਚੰਗੇ ਤਰੀਕੇ ਨਾਲ ਉਹਨਾਂ ਨਾਲ ਜਿੱਤ ਸਕਨੇ ਆ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਲੈਨੇ ਆ ਬ੍ਰੇਕ ਵਾਪਸ ਆਨੇ ਦਸਤ ਤੋਂ ਬਾਅਦ ਹੋਰ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ ਕਿ ਇਹਦੇ ਵਾਸਤੇ ਕੀ ਸਟੈਪਸ ਸਟੇਜ ਜਿਹਨਾਂ ਦੇ ਤੁਸੀਂ ਜ਼ਿਕਰ ਕੀਤਾ ਹੈ ਉਹਨਾਂ ਨੂੰ ਅਸੀਂ ਲੈ ਸਕਨੇ ਆ ਤਾਂ ਕਿ ਅਸੀਂ ਆਪਣੇ ਆਪ ਦੀ ਸਿਹਤ ਮਾਨਸਿਕ ਸਿਹਤ ਨੂੰ ਠੀਕ ਰੱਖ ਸਕੀਏ ਇਸ ਬ੍ਰੇਕ ਤੋਂ ਬਾਅਦ ਕਰ ਬਾਤ ਕਰਦੇ ਆਂ ਕਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਕਰਾਂ ਨੂੰ ਫ੍ਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡ੍ਰੈਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਸੈਸਰੀਜ਼ ਤੱਕ ਤੁਸੀਂ ਐਸਕੇ ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 60482599 295 Mood Disorders Association of British Columbia ਦੇ ਸਹਿਯੋਗ ਨਾਲ ਅਸੀਂ ਤੁਹਾਡੇ ਤੇ ਇੱਕ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਸ ਵਿੱਚ ਕਿ ਸਾਡਾ ਮਕਸਦ ਹੈ ਕਿ ਤੁਹਾਡੇ ਨਾਲ ਮਾਨਸਿਕ ਸਿਹਤ ਬਾਰੇ ਫ੍ਰਮ A ਟੂ Z ਤੁਹਾਡੇ ਤੱਕ ਜਾਣਕਾਰੀ ਪਹੁੰਚਾਈਏ ਅੱਜ ਇਹ ਪਹਿਲੀ ਸੀਰੀਜ਼ ਦੇ ਵਿੱਚ ਜੋ ਸਾਂਝ ਪਾ ਰਹੇ ਹਾਂ ਕਿ ਮਾਨਸਿਕ ਸਿਹਤ ਕੀ ਹੁੰਦੀ ਹੈ ਤੇ ਡਾਕਟਰ ਸਾਹਿਬ ਨੇ ਇਸ ਨੂੰ ਡਿਫਾਈਨ ਕੀਤਾ ਬ੍ਰੇਕ ਤੋਂ ਪਹਿਲਾਂ ਆ ਹੁਣ ਸਵਾਲ ਹੀ ਖੜਾ ਹੁੰਦਾ ਹੈ ਕਿ ਇਸ ਵਾਸਤੇ ਕੀ ਕੀਤਾ ਜਾਏ ਕਿ ਅਸੀਂ ਆਪਣੇ ਮਾਨਸਿਕ ਸਿਹਤ ਨੂੰ ਠੀਕ ਰੱਖੀਏ ਇਸ ਬਾਰੇ ਜਾਣਕਾਰੀ ਲੈਣਗੇ ਡਾਕਟਰ ਰਾਜਪਾਲ ਸਿੰਘ ਜੀ ਡਾਕਟਰ ਸਾਹਿਬ ਹਾਂਜੀ ਮੈਂ ਪ੍ਰਾਇੋਰਟੀ ਵਾਈਜ਼ ਗੱਲ ਕਰ ਰਿਹਾ ਕਿ ਜੇ ਪਹਿਲੀ ਗੱਲ ਕਿਹੜੀ ਸਾਨੂੰ ਕਰਨੀ ਚਾਹੀਦੀ ਹੈ ਜੀ ਮਾਨਸਿਕ ਸਿਹਤ ਨੂੰ ਠੀਕ ਰੱਖਣ ਵਾਸਤੇ ਪਹਿਲੀ ਗੱਲ ਤਾਂ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਸਟ੍ਰੈਸ ਨੂੰ ਸਮਝਣਾ ਚਾਹੀਦਾ ਸਾਡੀ ਜ਼ਿੰਦਗੀ ਜਿਹੜਾ ਤਣਾਅ ਹੈਗਾ ਪ੍ਰੈਸ਼ਰ ਹੈਗੇ ਨੇ ਸਟ੍ਰੈਸ ਹੈਗੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈਗਾ ਉਹਨਾਂ ਨੂੰ ਮੈਨੇਜ ਕਰਨਾ ਸਿੱਖਣਾ ਚਾਹੀਦਾ ਹੈਗਾ ਜੀ ਸਟ੍ਰੈਸ ਇੱਕ ਐਸੀ ਚੀਜ਼ ਹੈਗੀ ਹੈ ਜਿਹਨੇ ਤੁਹਾਡੀ ਮਾਨਸਿਕ ਸਿਹਤ ਵੀ ਖਰਾਬ ਕਰਨੀ ਆ ਸ਼ਰੀਰਿਕ ਸਿਹਤ ਵੀ ਕਰਨੀ ਆ ਜੇ ਤੁਸੀਂ ਕਹੋ ਕਿ ਮੈਂ ਇੱਕ ਦੋ ਚੀਜ਼ਾਂ ਹੀ ਕਰਨੀਆਂ ਤੇ ਕਿਹੜੀ ਮੈਂ ਪਹਿਲਾਂ ਕਰਾਂ ਤੇ ਮੈਂ ਕਹਾਂਗਾ ਕਿ ਸਟ੍ਰੈਸ ਰਾਈ ਕਿ ਸਟ्रेस ਨੂੰ ਅੰਡਰਸਟੈਂਡ ਕਰੋ ਇਹਨੂੰ ਮੈਨੇਜ ਕਰੋ ਤੇ ਕੋਸ਼ਿਸ਼ ਕਰੋ ਕਿ ਸਟ्रेस ਬਿਨਾਂ ਲਾਈਫ ਜਿਹੜੀ ਆ ਉਹ ਜੀਤੀ ਜੀ ਵੀ ਜਾ ਸਕੇ ਡਾਕਟਰ ਸਾਹਿਬ 스트레스 ਦੀ ਜਦੋਂ ਗੱਲ ਕਰਦੇ ਆ ਇਹ ਤਾਂ ਅੱਜਕੱਲ ਬੱਚਿਆਂ ਚ ਵੀ ਇਹ ਦੇਖਦੇ ਆ ਕਿ ਸਟ੍ਰੈਸ ਪਾਇਆ ਜਾਂਦਾ ਸੋ ਇਹ ਤੁਹਾਨੂੰ ਤੁਹਾਨੂੰ ਕਿਹਾ ਮੈਨੇਜ ਕਰਨ ਦੀ ਇਸ ਦਾ ਵੀ ਮਚਾਵਾਂਗਾ ਕਿ ਆਉਣ ਵਾਲੇ ਪ੍ਰੋਗਰਾਮਸ ਵਿੱਚ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਕੇ ਦਰਸ਼ਕਾਂ ਨਾਲ ਸਾਂਝ ਪਾਈਏ ਕਿ ਕਿਹੜੇ ਕਿਹੜੇ ਅਗੇਨ ਸਟੈਪਸ ਸਟ्रेस ਨੂੰ ਕੰਟਰੋਲ ਕਰਨ ਨੂੰ ਵਾਸਤੇ ਕੀਤੇ ਜਾ ਸਕਦੇ ਹਨ ਹਾਂਜੀ ਬਿਲਕੁਲ ਜੀ ਦੂਸਰਾ ਪੁਆਇੰਟ ਦੂਸਰਾ ਪੁਆਇੰਟ ਹੈਗਾ ਕਿ ਆਪਣੀ ਸਲੀਪ ਨੂੰ ਇੰਪਰੂਵ ਕਰੋ ਹਮ ਇੰਪਰੂਵ ਮੈਂ ਇਸ ਕਰਕੇ ਕਹ ਰਿਹਾ ਕਿ ਸਲੀਪ ਦਾ ਖਿਆਲ ਰੱਖੋ ਨੀਂਦ ਦਾ ਖਿਆਲ ਰੱਖੋ ਅਸੀਂ ਕਈ ਵਾਰੀ ਨੀਂਦ ਤੇ ਸ਼ਾਰਟਕਟ ਮਾਰਦੇ ਹੈਗਾ ਨੀਂਦ ਨੂੰ ਕੱਟ ਕਰਦੇ ਹੈਗਾ ਜਾਂ ਅਹਿਮੀਤ ਨਹੀਂ ਦਿੰਦੇ ਹੈਗੇ ਸਰੀਰ ਅਸੀਂ ਮਾਨਸਿਕ ਸਿਹਤ ਵਿੱਚ ਨੀਂਦ ਦਾ ਜਿਹੜਾ ਅੰਡਰਸਟੈਂਡ ਕਰਨਾ ਜ਼ਰੂਰੀ ਆ ਇੰਪਰੂਵ ਕਰਨੀ ਜ਼ਰੂਰੀ ਹੈਗੀ ਆ ਆਪਣੇ អਮੋਸ਼ਨਸ ਨੂੰ ਸਮਝੋ ਉਹਨਾਂ ਨੂੰ ਹੈਂਡਲ ਕਰਨਾ ਸਿੱਖੋ ਖਾਸ ਕਰ ਜਿੱਦਾਂ ਐਂਗਰ ਹੈਗਾ ਸੈਡਨੈਸ ਹੈਗੀ ਆ ਇਹਨਾਂ ਨੂੰ ਆਪਾਂ ਨੂੰ ਸਿੱਖਣਾ ਚਾਹੀਦਾ ਹੈਗਾ ਕਿੱਦਾਂ ਇਹਨੂੰ ਹੈਂਡਲ ਕਰਨਾ ਹੈਗਾ ਰਿਲੇਸ਼ਨਸ਼ਿਪ ਤੇ ਅਸਰ ਪਾਉਂਦਾ ਹੈਗਾ ਠੀਕ ਹੈ ਵੱਡੀ ਗੱਲ ਹੈਗੀ ਆ ਕਿ ਲੋਕਾਂ ਨਾਲ ਮੇਲ ਜੁਲ ਰੱਖੋ ਸਟੇ ਕਨੈਕਟਿਡ राइट ਜਿੰਨੀਆਂ ਵੀ ਮਾਨਸਿਕ ਬਿਮਾਰੀਆਂ ਨੇ ਉਹ ਤੁਹਾਨੂੰ ਆਈਸੋਲੇਟ ਕਰਦੀਆਂ ਨੇ ਜੇ ਤੁਸੀਂ ਸਟੇ ਕਨੈਕਟਡ ਰਹੋਗੇ ਤੇ ਤੁਸੀਂ ਬਿਮਾਰ ਨਹੀਂ ਹੋਵੋਗੇ ਦੂਜਾ ਜੇ ਬਿਮਾਰ ਹੋ ਵੀ ਜਾਂਦੇ ਤੁਸੀਂ ਸੀ ਲੋਕਾਂ ਨਾਲ ਮਿਲਦੇ-ਗਿਲਦੇ ਰਹਿੰਦੇ ਜੇ ਤੇ ਛੇਤੀ ਠੀਕ ਹੋਵੋਗੇ রাইਟ ਉਹਨਾਂ ਤੁਹਾਡੇ ਦਿਮਾਗ ਨੂੰ ਜਿਹੜੀ ਆ ਨਾ ਕਾਫੀ ਕਾਫੀ ਹਲਪ ਮਿਲਦੀ ਹੈਗੀ ਜੇ ਤੁਸੀਂ ਸਟੇ ਕਨੈਕਟਡ ਰਹਿੰਦੇ ਨੇ ਜੀ ਦੂਸਰਾ ਹੈਗਾ ਕਿ ਸਭ ਤੋਂ ਵੱਡੀ ਗੱਲ ਹੈ ਸ਼ੌਕ ਕੋਈ ਹੋਣਾ ਚਾਹੀਦਾ ਕੋਈ ਹਬੀਜ਼ ਹੋਣੇ ਚਾਹੀਦੇ ਆ ਨਾ ਅਸੀਂ ਇਮੀਗ੍ਰੈਂਟ ਲੋਕ ਇੱਥੇ ਆਣ ਕਿ ਇੰਨੀ ਹਾਰਡ ਵਰਕ ਕਰਦੇ ਆ ਕਿ ਸਾਡਾ ਹਬੀਜ਼ ਚਲੇ ਜਾਂਦੀਆਂ রাইਟ ਉਹ ਜ਼ਰੂਰੀ ਹੋਣੀ ਚਾਹੀਦੀ ਹੈ ਹਬੇ ਕਿ ਐਸੀ ਹੁੰਦੀ ਹੈ ਜਿੱਚ ਤੁਹਾਨੂੰ ਵਕਤ ਦਾ ਪਤਾ ਨਹੀਂ ਲੱਗਦਾ ਜਿਹੜਾ ਸ਼ੌਕ ਦੇ ਕਰਦੇ ਨੇ ਇਹਦਾ ਮਤਲਬ ਵੀ ਉਹਦੋਂ ਤੁਸੀਂ ਸਟ्रेस ਫਰੀ ਹੁੰਦੇ ਜੀ ਸਟ्रेस ਜੇ ਹੈਗਾ ਉਹ ਤੇ ਉਹ ਘਟਾਉਂਦੇ ਹੈਗੇ ਆ ਹੂੰ ਹੂੰ ਉਸ ਤੋਂ ਬਾਅਦ ਰਿਸਰਚ ਇਹ ਦੱਸਦੀ ਹੈ ਜਿਹੜੀ ਮਾਡਰਨ ਰਿਸਰਚ ਆ ਰਹੀ ਹੈ ਪੋਜ਼ਿਟਿਵ ਸਾਈਕੋਲੋਜੀ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਗ੍ਰੈਟੀਚਿਊਡ ਹੈਗਾ ਸ਼ੁਕਰਾਨਾ ਹੈਗਾ ਧੰਨਵਾਦ ਹੈਗਾ ਲੋਕ ਕਹਿੰਦੇ ਪ੍ਰਮਾਤਮਾ ਦਾ ਇਹਨਾਂ ਦਾ ਦਿਮਾਗੀ ਸਿਹਤ ਜਿਹੜੀ ਆ ਉਹ ਬੜੀ ਵਾਧੀ ਹੈਗੀ ਠੀਕ ਹੈ ਤੇ ਦੂਸਰਾ ਹੈਗਾ ਸੇਵਾ ਹਮਮ ਸਰਬਸ ਜੇ ਤੁਸੀਂ ਕਿਸੇ ਲੋਕਾਂ ਦੀ ਸੇਵਾ ਕਰ ਸਕੋ ਵਲੰਟੀਅਰ ਵਰਕ ਕਰ ਸਕੋ ਤਾਂ ਦਿਮਾਨ ਮਾਨਸਿਕ ਸਿਹਤ ਬਹੁਤ ਹੀ ਵਧੀਆ ਹੋਊਗੀ ਰਾਈਟ ਪਰ ਜਿੱਦਾਂ ਮੈਂ ਸ਼ੁਰੂ ਚ ਗੱਲ ਕਰ ਰਿਹਾ ਸਾਂ ਕਿ ਕਨੈਕਟਡ ਹੈਗੀਆਂ ਨੇ ਜੇ ਤੁਸੀਂ ਮਾਨਸਿਕ ਤੌਰ ਤੇ ਠੀਕ ਰਹਿਣਾ ਹੈਗਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਸਰੀਰਕ ਸਿਹਤ ਵੀ ਠੀਕ ਕਰਦੀ ਹੈ ਤੇ ਮਾਨਸਿਕ ਸਿਹਤ ਵੀ ਠੀਕ ਕਰਦੀ ਹੈ ਤੇ ਮਾਨਸਿਕ ਬਿਮਾਰੀਆਂ ਨੂੰ ਦੂਰ ਵੀ ਕਰਦੀ ਹੈਗੀ ਰਾਈਟ ਉਸ ਤੋਂ ਬਾਅਦ ਸਹੀ ਖਾਣਾ ਹਮਮ ਸਹੀ ਜਿਹੜਾ ਖਾਣਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਸਰੀਰਕ ਸਿਹਤ ਵਾਸਤੇ ਵੀ ਤੇ ਮਾਨਕ ਸਿਹਤ ਵਾਸਤੇ ਵੀ ਜੀ ਜੇ ਤੁਸੀਂ ਡਰੱਗਸ ਨੂੰ ਅਵਾਇਡ ਕਰ ਸਕੋ ਓਕੇ ਨਸ਼ੀਲੀਅਨ ਡਰੱਗਸ ਨੂੰ ਅਵਾਇਡ ਕਰ ਸਕੋ ਤੁਹਾਡੀ ਸਿਹਤ ਠੀਕ ਰਹਿ ਸਕਦੀ ਹੈ ਠੀਕ ਹੈ ਸ਼ਰਾਬ ਜਿਹੜੀ ਹੈਗੀ ਉਹ ਬਹੁਤ ਲਿਮਟਸ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਨੂੰ ਨਿਊ ਸੀਟ ਕਰਦੀ ਉਹਨਾਂ ਨੂੰ ਨਹੀਂ ਪੀਣੀ ਚਾਹੀਦੀ ਹੈ ਜੀ ਸੋ ਡਰੱਗਸ ਜਿਹੜੀਆਂ ਹੈਗੀਆਂ ਨੇ ਤੇ ਦੂਸਰਾ ਹੈਗਾ ਕਿ ਪ੍ਰਾਇਰਟੀ ਹੋਣੀ ਚਾਹੀਦੀ ਹੈ ਤੁਹਾਡੀ ਲਾਈਫ ਚ ਕਿ ਮੈਂ ਖੁਸ਼ ਰਹਿਣਾ ਹੈਗਾ। ਰਾਈਟ ਮੈਂ ਗਰੁੱਪ ਕਰਦਾ ਕਾਫੀ ਉੱਥੇ ਬੜੇ ਲੋਕ ਆਉਂਦੇ ਨੇ ਤੇ ਜਦੋਂ ਮੈਂ ਸਵਾਲ ਪੁੱਛਦਾ ਕਿੰਨੇ ਲੋਕਾਂ ਦਾ ਜਿਹੜੀ ਲਾਈਫ ਦੀ ਪ੍ਰਾਇਰਟੀ ਹੈਗੀ ਆ ਕਿ ਖੁਸ਼ ਰਹਿਣਾ ਹੈਗਾ ਇੱਕ ਦੋ ਹੱਥ ਉੱਠਦੇ ਨੇ ਕੱਲੇ 20 25 ਲੋਕਾਂ ਤੋਂ। ਰਾਈਟ ਜੇ ਜਦੋਂ ਸਾਡਾ ਗੋਲ ਨਹੀਂ ਹੈਗਾ ਖੁਸ਼ ਰਹਿਣ ਦਾ ਤਾਂ ਅਸੀਂ ਖੁਸ਼ ਕਿਦਾਂ ਹੋਵਾਂਗੇ? ਬਿਲਕੁਲ। ਰਾਈਟ ਸੋ ਸਾਡਾ ਗੋਲ ਹੋਣਾ ਚਾਹੀਦਾ ਕਿ ਅਸੀਂ ਖੁਸ਼ ਰਹਿਣਾ ਖੁਸ਼ ਰਹਿਣ ਵਾਸਤੇ ਸਾਨੂੰ ਸਿਹਤਮੰਦ ਹੋਣਾ ਜ਼ਰੂਰੀ ਆ ਸਾਨੂੰ ਕਮਾਈ ਕਰਨੀ ਜ਼ਰੂਰੀ ਹੈਗੀ ਆ ਤੇ ਸਾਡੇ ਰਿਲੇਸ਼ਨਸ਼ਿਪ ਜ਼ਰੂਰੀ ਹੈਗੇ ਬਿਲਕੁਲ ਸੋ ਬੈਲੈਂਸ ਬੈਲੈਂਸ ਹੋਣਾ ਜੀਵਨ ਚ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਰਾਈਟ ਸੋ ਇਹ ਪੁਆਇੰਟਸ ਜਿਹੜੇ ਤੁਸੀਂ ਕਹੇ ਨੇ ਜੀ ਆਫ ਕੋਰਸ ਇਹਨਾਂ ਨੂੰ ਅਸੀਂ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਵਿਸਥਾਰ ਵਿੱਚ ਇੱਕ ਇੱਕ ਪੁਆਇੰਟ ਨੂੰ ਲੈ ਕੇ ਅੱਗੇ ਆਵਾਂਗੇ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਚੱਲ ਸਕੇ ਅਤੇ ਇਹ ਮਾਨਸਿਕ ਬਿਮਾਰੀਆਂ ਤੋਂ ਅਸੀਂ ਨਜਾਤ ਪਾ ਸਕੀਏ ਤੁਹਾਡੇ ਇੱਥੇ ਆ ਕੇ ਸਾਡੇ ਨਾਲ ਇਹ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ ਬੈਸਟ ਵਿਸ਼ੇਸ ਐਂਡ ਥੈਂਕ ਯੂ ਥੈਂਕ ਯੂ ਜੀ